ਹੈ ਸ਼ਰਮਿਨ ਸੇਗਲ, ਜਿਹਦੀ ਖਰਾਬ ਐਕਟਿੰਗ ਨੂੰ ਆਮ ਲੋਕ ਹੀ ਨਹੀਂ ਬਲਕਿ ਬਾਲੀਵੁੱਡ ਦੇ ਟੀਵੀ ਸਿਤਾਰੇ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਜੰਮ ਕੇ ਟ੍ਰੋਲ। ਐਵਰੀਥਿੰਗ ਯੂ ਨੀਡ ਟੂ ਨੋ ਅਬਾਊਟ ਸ਼ਰਮਿਨ ਸੇਗਲ ਕੀ ਹੈ, ਇੱਕ ਵਾਰ ਦੇਖ ਲੀਜੀਏ, ਦੀਵਾਨਾ ਬਣਾ ਦੀਜੀਏ ਮੀਮ ਐਂਡ ਮੋਰ, ਲੈਟ ਮੀ ਟੈਲ ਯੂ ਇਨ ਟੂਡੇਜ਼ ਵੀਡੀਓ। ਹੈਲੋ ਜੀ, ਸਤਿ ਸ਼੍ਰੀ ਅਕਾਲ, ਸਿਮਰਨ ਦਿਸ ਸਾਈਡ, ਅਤੇ ਮੈਂ ਇੱਥੇ ਜ਼ਿਕਰ ਕਰਨ ਜਾ ਰਹੀ ਹਾਂ ਅੱਜ ਦੀ ਇੱਕ ਹੋਰ ਵੱਡੀ ਇੰਟਰਨੈਟ ਸੈਂਸੇਸ਼ਨ ਦੇ ਬਾਰੇ, ਜੋ ਕਿ ਨੇ ਸ਼ਰਮਿਨ ਸੇਗਲ। ਸੋ ਕੌਣ ਹੈ ਸ਼ਰਮਿਨ ਸੇਗਲ ਅਤੇ ਆਖਿਰਕਾਰ ਕਿਉਂ ਕੀਤਾ ਜਾ ਰਿਹਾ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਟ੍ਰੋਲ? ਸ਼ਰਮਿਨ ਸੇਗਲ ਦਰਅਸਲ ਇੱਕ ਇੰਡੀਅਨ ਐਕਟਰੈਸ ਨੇ ਜਿਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2019 ਦੇ ਵਿੱਚ ਕੀਤੀ ਸੀ ਥਰੂ ਦ ਫਿਲਮ ਮਲਾਲ। ਇਸ ਫਿਲਮ ਨੂੰ ਸੰਜੇ ਲੀਲਾ ਭੰਸਾਲੀ ਦੇ ਦੁਆਰਾ ਡਾਇਰੈਕਟ ਕੀਤਾ ਗਿਆ ਸੀਗਾ। ਇਸ ਤੋਂ ਬਾਅਦ ਸ਼ਰਮਿਨ ਸੇਗਲ ਨੂੰ ਦੇਖਿਆ ਗਿਆ ਜੀ ਸਾਲ 2022 ਦੇ ਵਿੱਚ ਬਣੀ ਫਿਲਮ ਅਤਿਥੀ ਭੂਤੋ ਭਾਵਾ ਦੇ ਵਿੱਚ। ਇਸ ਫਿਲਮ ਦੇ ਵਿੱਚ ਵੀ ਸ਼ਰਮਿਨ ਦੀ ਪਰਫੋਰਮੈਂਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਨਹੀਂ ਕੀਤਾ ਗਿਆ ਸੀ ਐਂਡ ਇੰਨੀ ਜ਼ਿਆਦਾ ਪਾਪੂਲੈਰਿਟੀ ਉਹਨਾਂ ਨੂੰ ਨਹੀਂ ਮਿਲੀ ਸੀ। ਬਟ ਸਾਲ 2024 ਦੇ ਵਿੱਚ ਜਦੋਂ ਬਣੀ ਹੀਰਾ ਮੰਡੀ ਦੀ ਡਾਇਮੰਡ ਬਾਜ਼ਾਰ, ਇਸ ਵੈਬ ਸੀਰੀਜ਼ ਨੂੰ ਵੀ ਸੰਜੇ ਲੀਲਾ ਭੰਸਾਲੀ ਦੇ ਦੁਆਰਾ ਹੀ ਡਾਇਰੈਕਟ ਕੀਤਾ ਗਿਆ ਅਤੇ ਇਹਦੇ ਵਿੱਚ ਇੱਕ ਖਾਸ ਰੋਲ ਨਿਭਾਉਣ ਦੇ ਲਈ ਸਾਨੂੰ ਟੀਵੀ ਦੇ ਉੱਤੇ ਦਿਖੇ ਸ਼ਰਮਿਨ ਸੇਗਲ। ਸ਼ਰਮਿਨ ਸੇਗਲ ਇੱਕ ਬਹੁਤ ਵੱਡਾ ਨਾਮ ਬਣ ਗਿਆ ਜਦੋਂ ਹੀਰਾ ਮੰਡੀ ਦੀ ਡਾਇਮੰਡ ਬਾਜ਼ਾਰ ਜਿਹੜੀ ਹੈ ਉਹ ਨੈੱਟਫਲਿਕਸ ਦੇ ਉੱਤੇ ਆਈ। ਪਰ ਆਖਿਰਕਾਰ ਕਿਉਂ ਸ਼ਰਮਿਨ ਦੀ ਪਰਫੋਰਮੈਂਸ ਨੂੰ ਹੀਰਾ ਮੰਡੀ ਦੇ ਵਿੱਚ ਬੁਰੀ ਤਰੀਕੇ ਨਾਲ ਟ੍ਰੋਲ ਕੀਤਾ ਜਾ ਰਿਹਾ? ਦਰਸ਼ਕਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਸ਼ਰਮਿਨ ਦੀ ਪਰਫੋਰਮੈਂਸ ਜੋ ਹੈ ਉਹ ਪੂਰੀ ਤਰੀਕੇ ਨਾਲ ਐਕਸਪ੍ਰੈਸ਼ਨ ਲੈਸ ਹੈ। ਜੀ ਹਾਂ, ਇੰਨਾ ਹੀ ਨਹੀਂ, ਸ਼ਰਮਿਨ ਦੇ ਉੱਤੇ ਹੀਰਾ ਮੰਡੀ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਟੈਗ ਨੇ ਲਗਾਏ ਗਏ ਜਿਨ੍ਹਾਂ ਦੇ ਵਿੱਚੋਂ ਨੈਪੋ ਕਿਡ ਦਾ ਟੈਗ ਵੀ ਸ਼ਰਮਿਨ ਨੂੰ ਦਿੱਤਾ ਗਿਆ। ਪਰ ਆਖਿਰਕਾਰ ਕਿਉਂ ਕਿਹਾ ਜਾ ਰਿਹਾ ਸ਼ਰਮਿਨ ਸੇਗਲ ਨੂੰ ਨੈਪੋ ਕਿਡ? ਦਰਅਸਲ ਸੰਜੇ ਲੀਲਾ ਭੰਸਾਲੀ ਜਿਨ੍ਹਾਂ ਨੇ ਇਹ ਜੋ ਵੈਬ ਸੀਰੀਜ਼ ਹੈ ਹੀਰਾ ਮੰਡੀ ਨੂੰ ਡਾਇਰੈਕਟ ਕੀਤਾ, ਸ਼ਰਮਿਨ ਸੇਗਲ ਉਹਨਾਂ ਦੀ ਇਕਲੌਤੀ ਭਾਣਜੀ ਹੈ। ਜੀ ਹਾਂ, ਔਰ ਇਸੇ ਕਾਰਨ ਹੀ ਸ਼ਰਮਿਨ ਸੇਗਲ ਦੇ ਬਾਰੇ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਕਿ ਹੀਰਾ ਮੰਡੀ ਦੇ ਵਿੱਚ ਉਹ ਟੈਲੈਂਟ ਦੇ ਕਾਰਨ ਨਹੀਂ ਬਲਕਿ ਸੰਜੇ ਲੀਲਾ ਭੰਸਾਲੀ ਦੇ ਕਾਰਨ ਨਜ਼ਰ ਆਏ ਨੇ। ਇਵਨ ਜੋ ਉਹਨਾਂ ਦਾ ਡੈਬਿਊ ਪ੍ਰੋਜੈਕਟ ਸੀਗਾ ਇਨ ਐਕਟਿੰਗ ਵਿਚ ਵਾਜ਼ ਦ ਮੂਵੀ ਮਲਾਲ, ਉਹ ਵੀ ਸੰਜੇ ਲੀਲਾ ਭੰਸਾਲੀ ਦੇ ਦੁਆਰਾ ਹੀ ਡਾਇਰੈਕਟ ਕੀਤੀ ਗਈ ਸੀਗੀ। ਹੀਰਾ ਮੰਡੀ ਦੇ ਵਿੱਚ ਉਹਨਾਂ ਨੇ ਜੋ ਐਕਸਪ੍ਰੈਸ਼ਨ ਲੈਸ ਪਰਫੋਰਮੈਂਸ ਦਿੱਤੀ ਹੈ ਉਹਦੇ ਕਾਰਨ ਤਾਂ ਡੈਫੀਨੇਟਲੀ ਕੋਈ ਵੀ ਉਹਨਾਂ ਨੂੰ ਕਾਸਟ ਨਹੀਂ ਕਰੇਗਾ ਇੰਨੇ ਵੱਡੇ ਪ੍ਰੋਜੈਕਟ ਦੇ ਵਿੱਚ, ਇਹ ਮੇਰਾ ਕਹਿਣਾ ਨਹੀਂ ਹੈ, ਇਹ ਤਾਂ ਆਡੀਅੰਸ ਕਹਿ ਰਹੀ ਹੈ। ਜਿੱਦਾਂ ਹੀ ਹੀਰਾ ਮੰਡੀ ਜਿਹੜੀ ਉਹ ਨੈੱਟਫਲਿਕਸ ਦੇ ਉੱਤੇ ਰਿਲੀਜ਼ ਹੋਈ ਸੀਗੀ, ਸ਼ਰਮਿਨ ਦੀ ਪਰਫੋਰਮੈਂਸ ਨੂੰ ਲੋਕਾਂ ਨੇ ਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਅਤੇ ਹੁਣ ਤੱਕ ਇਹ ਜਿਹੜੀ ਚੀਜ਼ ਹੈ ਹੁਣ ਤੱਕ ਚੱਲੀ ਆ ਰਹੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਸਟਿਲ ਵਾਇਰਲ ਹੈ। ਉਹਦਾ ਕਾਰਨ ਹੈ ਸ਼ਰਮਿਨ ਦਾ ਹੀਰਾ ਮੰਡੀ ਦੇ ਵਿੱਚ ਬੋਲਿਆ ਗਿਆ ਇੱਕ ਡਾਇਲੋਗ ਜਿਹਦੇ ਉੱਤੇ ਇੱਕ ਮੀਮ ਜਿਹੜਾ ਹੁਣ ਕ੍ਰੀਏਟ ਹੋ ਚੁੱਕਾ। ਦ ਡਾਇਲੋਗ ਗੋਜ਼ ਲਾਈਕ, ਇੱਕ ਵਾਰ ਦੇਖ ਲੀਜੀਏ, ਦੀਵਾਨਾ ਬਣਾ ਦੀਜੀਏ, ਜਲਨੇ ਕੋ ਹੈ ਤਿਆਰ, ਪਰਵਾਨਾ ਬਣਾ ਦੀਜੀਏ। ਦੇਖੋ, ਮੈਂ ਫਿਰ ਵੀ ਇਹਦੇ ਵਿੱਚ ਥੋੜ੍ਹੇ ਜਿਹੇ ਐਕਸਪ੍ਰੈਸ਼ਨ ਦੇ ਦਿੱਤੇ ਹੋਣੇ ਨੇ, ਬਟ ਸ਼ਰਮਿਨ ਨੇ ਇਸ ਡਾਇਲੋਗ ਦੇ ਵਿੱਚ ਬਿਲਕੁਲ ਐਕਸਪ੍ਰੈਸ਼ਨ ਨਹੀਂ ਦਿੱਤੇ। ਹੀਰਾ ਮੰਡੀ ਦੇ ਵਿੱਚ ਇੱਕ ਪੋਇਟਸ ਦਾ ਕਿਰਦਾਰ ਜਿਹੜਾ ਉਹਨਾਂ ਨੇ ਨਿਭਾਇਆ ਸੀਗਾ ਔਰ ਉਸ ਅਕੋਰਡਿੰਗ ਜਿੰਨੀ ਵੀ ਸ਼ਾਇਰੀ ਉਹਨਾਂ ਨੇ ਯੂਜ਼ ਕੀਤੀ ਸਪੈਸ਼ਲੀ ਇਸ ਡਾਇਲੋਗ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਪਰਫੋਰਮੈਂਸ ਦਿੱਤੀ ਉਹਨੂੰ ਦਰਸ਼ਕਾਂ ਨੇ ਪੂਰੀ ਤਰੀਕੇ ਨਾਲ ਨਾਪਸੰਦ ਕਰ ਦਿੱਤਾ ਅਤੇ ਉਹਨਾਂ ਦੀ ਪਰਫੋਰਮੈਂਸ ਨੂੰ ਫਲੈਟ ਦੱਸਿਆ। ਸ਼ਰਮਿਨ ਨੇ ਆਪਣਾ ਇਹ ਡਾਇਲੋਗ ਸੋਸ਼ਲ ਮੀਡੀਆ ਦੇ ਉੱਤੇ ਐਂਡ ਉਹਨਾਂ ਨੇ ਜਿੰਨੇ ਵੀ ਇੰਟਰਵਿਊਜ਼ ਕੀਤੇ ਨੇ ਹੀਰਾ ਮੰਡੀ ਦੀ ਪ੍ਰਮੋਸ਼ਨ ਦੇ ਦੌਰਾਨ ਉਹਨੂੰ ਬਹੁਤ ਵਾਰੀ ਜਿਹੜਾ ਹੈ ਉਹ ਕਨਵੇ ਕੀਤਾ ਸੀਗਾ ਔਨ ਕੈਮਰਾ। ਦੈਟਸ ਵਾਈ ਉਹਨਾਂ ਦਾ ਇਹ ਡਾਇਲੋਗ ਜਿਹੜਾ ਉਹ ਖਾਸ ਤੌਰ 'ਤੇ ਹਾਈਲਾਈਟ ਹੋ ਗਿਆ ਅਤੇ ਲੋਕਾਂ ਨੇ ਇਹਦੇ ਉੱਤੇ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ। ਆਮ ਲੋਕ ਹੀ ਨਹੀਂ ਬਲਕਿ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਵੱਡੇ ਨਾਮ ਜਿਹੜੇ ਹੈਗੇ ਨੇ ਉਹ ਵੀ ਇਸ ਡਾਇਲੋਗ ਨੂੰ ਆਪਣੇ ਅੰਦਾਜ਼ ਦੇ ਵਿੱਚ ਰੀਕ੍ਰੀਏਟ ਕਰ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਕ੍ਰਿਸ਼ਨਾ ਅਭਿਸ਼ੇਕ, ਅਰਜੁਨ ਬਿਜਲਾਨੀ, ਜੰਨਤ ਜ਼ੁਬੈਰ ਵਰਗੇ ਨਾਮ ਵੀ ਸ਼ਾਮਿਲ ਨੇ। ਔਰ ਇਹਨਾਂ ਹੀ ਚੀਜ਼ਾਂ ਦੇ ਕਾਰਨ ਸ਼ਰਮਿਨ ਨੂੰ ਇਸ ਟਾਈਮ ਜਿਹੜਾ ਉਹ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ। ਹਾਲਾਂਕਿ ਸ਼ਰਮਿਨ ਦੇ ਕੋਲੋਂ ਜਦੋਂ ਇਸ ਚੀਜ਼ ਦੇ ਬਾਰੇ ਪੁੱਛਿਆ ਗਿਆ, ਜਦੋਂ ਉਹਨਾਂ ਤੋਂ ਇਹ ਸਵਾਲ ਕੀਤੇ ਗਏ ਕਿ ਲੋਕ ਉਹਨਾਂ ਦੀ ਪਰਫੋਰਮੈਂਸ ਨੂੰ ਇੰਨਾ ਜ਼ਿਆਦਾ ਟ੍ਰੋਲ ਕਰ ਰਹੇ ਨੇ, ਤਾਂ ਇਹਦੇ ਬਾਰੇ ਸ਼ਰਮਿਨ ਨੇ ਕਿਹਾ ਕਿ
ਮੇਰੇ ਜੋ ਇੰਸਟਾਗ੍ਰਾਮ ਦੇ ਵਿੱਚ DM ਨੇ ਉਹ ਬਹੁਤ ਸਾਰੇ ਪਿਆਰ ਦੇ ਨਾਲ ਭਰੇ ਹੋਏ ਨੇ, ਅਤੇ ਜਿਹੜੇ ਵੀ ਲੋਕ ਮੈਨੂੰ ਨੈਗੇਟਿਵ ਕਮੈਂਟਸ ਕਰ ਰਹੇ ਨੇ ਮੈਂ ਉਹਨਾਂ ਉੱਤੇ ਧਿਆਨ ਨਹੀਂ ਦਿੰਦੀ, ਬਲਕਿ ਜੋ ਪੋਜ਼ਿਟਿਵ ਕਮੈਂਟਸ ਮੈਨੂੰ ਆਉਂਦੇ ਨੇ ਮੈਂ ਉਹਨਾਂ ਦੇ ਉੱਤੇ ਜ਼ਿਆਦਾ ਫੋਕਸ ਕਰਦੀ ਹਾਂ। ਹੀਰਾ ਮੰਡੀ ਦੀ ਡਾਇਮੰਡ ਬਾਜ਼ਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਇਸ ਵੈਬ ਸੀਰੀਜ਼ ਦੇ ਵਿੱਚ ਖਾਸ ਤੌਰ 'ਤੇ ਅਦਿਤੀ ਰਾਓ ਦੀ ਪਰਫੋਰਮੈਂਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। ਉਹਨਾਂ ਦੀ ਉਹ ਸਪੈਸ਼ਲ ਵਾਕ ਜੋ ਕਿ ਅਜੇ ਵੀ ਉਹਨਾਂ ਨੂੰ ਇੰਟਰਵਿਊਜ਼ ਦੇ ਦੌਰਾਨ ਕਰਨ ਦੇ ਵਾਸਤੇ ਕਿਹਾ ਜਾਂਦਾ ਹੈ, ਐਂਡ ਸੰਜੀਦਾ ਸ਼ੇਖ ਉਹਨਾਂ ਨੂੰ ਕਾਫੀ ਲੰਬੇ ਸਮੇਂ ਬਾਅਦ ਵੱਡੇ ਪਰਦੇ ਦੇ ਉੱਤੇ ਦੇਖਿਆ ਗਿਆ ਐਂਡ ਉਹਨਾਂ ਦੀ ਪਰਫੋਰਮੈਂਸ ਨੂੰ ਕਾਫੀ ਜ਼ਿਆਦਾ ਸਰਾਇਆ ਗਿਆ। ਬਟ ਉਹਦੇ ਹੀ ਓਪੋਜ਼ਿਟ ਸ਼ਰਮਿਨ ਸਹਿਗਲ ਦੇ ਲਈ ਇਹ ਵਾਲੀ ਜਿਹੜੀ ਵੈਬ ਸੀਰੀਜ਼ ਹੈ ਉਹਨਾਂ ਨੂੰ ਪਾਪੂਲਰ ਅਤੇ ਫੇਮਸ ਤਾਂ ਕਰ ਗਈ ਬਟ ਨੈਗੇਟਿਵ ਇਫੈਕਟਸ ਦੇ ਕਾਰਨ ਉਹਨਾਂ ਨੂੰ ਪਾਪੂਲਰ ਅਤੇ ਫੇਮਸ ਕਰਕੇ ਗਈ ਹੈ। ਕੀ ਤੁਸੀਂ ਹੀਰਾ ਮੰਡੀ ਵੈਬ ਸੀਰੀਜ਼ ਦੇਖ ਚੁੱਕੇ ਹੋ? ਜੇਕਰ ਹਾਂ ਤਾਂ ਤੁਹਾਨੂੰ ਸ਼ਰਮਿਨ ਸਹਿਗਲ ਦੀ ਪਰਫੋਰਮੈਂਸ ਇਹਦੇ ਵਿੱਚ ਕਿਹੋ ਜਿਹੀ ਲੱਗੀ ਹੈ, ਅਤੇ ਸ਼ਰਮਿਨ ਦੀ ਪਰਫੋਰਮੈਂਸ ਨੂੰ 5 ਦੇ ਵਿੱਚੋਂ ਤੁਸੀਂ ਕਿੰਨਾ ਰੇਟ ਕਰੋਗੇ? ਲੈਟ ਮੀ ਨੋ ਇਨ ਦ ਕਮੈਂਟਸ।